और गुर अमृत कौर जुएवाल तो जिहड़े आ के बडाला ग्रंथियां जांदे ने कीर्तन दे विचों दमाले दे विचों अखाड़े दे विचों अखंड बाणी ते इन्हां नूं इनाम मिले ने सीटा मिलियां हुणे लै के आए आ ते किन्नी वधिया गल है। अज मैं रणजीत अखाड़े विच गई सी उस विच कविश्री विचों मेरा थर्ड प्राइज आया है दुमाले विच सेकंड ते गुरबाणी कंठ विचों मेरी कंसोलेशन प्राइज आया है। ਤੇ ਇਹ ਬੱਚੇ ਦਮਾਲਾ ਸੁਣਦੇ ਕਿੰਨੇ ਸੋਹਣੇ ਲੱਗ ਰਹੇ ਆ ਛੋਟਾ ਜਿਹਾ ਬੱਚਾ ਉਹਨੇ ਵੀ ਸਿਰ ਤੇ ਕੇਸਰੀ ਲਾਈ ਆ ਮੈਂ ਇਹਨਾਂ ਦੇ ਪਰਿਵਾਰ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮਿਹਨਤ ਨੇ ਆਪਣੇ ਬੱਚਿਆਂ ਨੂੰ ਗੁਰੂ ਦੇ ਚਰਨਾਂ ਨਾਲ ਜੋੜਿਆ। ਇਹ ਭੈਣਾਂ ਨੂੰ ਵੇਖੋ ਕੁੜੀਆਂ ਨੂੰ ਵੇਖੋ ਇਹਨਾਂ ਸਿੰਘ ਬਣੋ ਸਿੰਘ ਤੇ ਦਮਾਲੇ ਸਜਾਓ ਗੁਰੂ ਵਾਲੇ ਬਣੋ ਕੇਸ ਨਾ ਕਟਾਓ ਕੇਸ ਗੁਰੂ ਦੀ ਨਿਸ਼ਾਨੀ ਆ ਕਿਉਂਕਿ ਇਹ ਬੱਚੇ ਹੁਣ ਤੋਂ ਗੁਰਬਾਣੀ ਨਾਲ ਜੁੜੇ ਨੇ ਅੱਗੇ ਇਹਨਾਂ ਨੂੰ ਵੇਖ ਕੇ ਹੋਰ ਵੀ ਬੱਚੇ ਪ੍ਰਭਾਵਿਤ ਹੋਣਗੇ ਪਰ ਸਾਡੇ ਪੇਰੈਂਟਸ ਕੀ ਕਰਦੇ ਆ ਛੋਟੇ ਛੋਟੇ ਬੱਚਿਆਂ ਦੇ ਜੁੜੇ ਕਟਾ ਦਿੰਦੇ ਉਹ ਕਤਲ ਕੇਸ ਕਰਾਉਂਦੇ ਆ ਉਹ ਵੀ ਪਾਪ ਦੇ ਭਾਗੀ ਬਣਦੇ ਆ ਕਿਉਂਕਿ ਬੱਚਿਆਂ ਦੇ ਕੇਸ ਕਤਲ ਕਰਨੇ ਬਹੁਤ ਵੱਡਾ ਪਾਪ ਆ ਆਪਣੇ ਬੱਚਿਆਂ ਨੂੰ ਸਿੱਖੀ ਤੋਂ ਦੂਰ ਕਰਾਂਗੇ ਤੇ ਬਹੁਤ ਵੱਡਾ ਪਾਪ ਲੱਗੇਗਾ ਇਸ ਕਰਕੇ ਇਹਨਾਂ ਬੱਚਿਆਂ ਤੋਂ ਪ੍ਰੇਰਣਾ ਲੈਣੀ ਆ ਇਹ ਬੱਚੇ ਜਿਹੜੇ ਗੁਰਸਿੱਖੀ ਨਾਲ ਜੁੜੇ ਆ ਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਬੱਚਿਆਂ ਨੂੰ ਜੋੜਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪਿੰਡ ਚੂਹੇਵਾਲ ਪਹੁੰਚੇ ਆ ਸਮਾਜ ਸੇਵਾ ਸੰਸਥਾ ਠੀਕਰੀਵਾਲ ਸਾਰਾ ਜਥਾ ਤੇ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਜਿਹੜੇ ਸਾਡੇ ਬੱਚੇ ਸਿੱਖੀ ਤੋਂ ਦੂਰ ਜਾ ਰਹੇ ਆ ਤੇ ਅਸੀਂ ਕਹਿ ਰਹੇ ਆ ਪੇਰੈਂਟਸ ਨੂੰ ਕਿ ਬੱਚਿਆਂ ਨੂੰ ਦਸਤਾਰ ਸਜਾਓ ਦਮਾਲਾ ਸਜਾਓ ਤੇ ਗੁਰੂ ਦੇ ਚਰਨਾਂ ਨਾਲ ਜੋੜੋ। ਅੱਜ ਚੂਹੇਵਾਲ ਦੇ ਵਿੱਚ ਇੱਕ ਮਿਸਾਲ ਮਿਲੀ ਹੈ ਇਸ ਘਰ ਦੇ ਵਿੱਚ ਕਿ ਸਾਡੀ ਬੇਟੀ ਗੁਰ ਅੰਮ੍ਰਿਤ ਕੌਰ ਗੁਰ ਅੰਮ੍ਰਿਤ ਕੌਰ ਚੂਹੇਵਾਲ ਤੋਂ ਜਿਹੜੇ ਆ ਕਿ ਬਡਾਲਾ ਗ੍ਰੰਥੀਆਂ ਜਾਂਦੇ ਨੇ ਕੀਰਤਨ ਦੇ ਵਿੱਚੋਂ ਦਮਾਲੇ ਦੇ ਵਿੱਚੋਂ ਅਖਾੜੇ ਦੇ ਵਿੱਚੋਂ ਅਖੰਡ ਬਾਣੀ ਤੇ ਗਤਕਾ ਵੀ ਮਹਿਫਲ ਕਰਦੇ ਜੀ ਗੁਰਬਾਣੀ ਕੰਠ ਤੇ ਇਹਨਾਂ ਨੂੰ ਇਨਾਮ ਮਿਲੇ ਨੇ ਸੀਲਡਾ ਮਿਲੀਆਂ ਹੁਣੇ ਲੈ ਕੇ ਆਏ ਆ ਤੇ ਕਿੰਨੀ ਵਧੀਆ ਗੱਲ ਹੈ ਕਿ ਦਮਦਮੀ ਟਸਾਰ ਰਣਜੀਤ ਅਖਾੜਾ ਸੋਸ਼ਲ ਵੈਲਫੇਅਰ ਸੁਸਾਇਟੀ ਟਰੱਸਟ ਵੱਲੋਂ ਤੇ ਇਹ ਬੱਚੇ ਦਮਾਲਾ ਸੁਣਾਉਂਦੇ ਕਿੰਨੇ ਸੋਹਣੇ ਲੱਗ ਰਹੇ ਆ ਛੋਟਾ ਜਿਹਾ ਬੱਚਾ ਉਹਨੇ ਵੀ ਸਿਰ ਤੇ ਕੇਸਕੀ ਲਾਈ ਆ ਮੈਂ ਇਹਨਾਂ ਦੇ ਪਰਿਵਾਰ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਗੁਰੂ ਦੇ ਚਰਨਾਂ ਨਾਲ ਜੋੜਿਆ। ਅੱਜ ਸਾਨੂੰ ਇੱਕ ਮਿਸਾਲ ਮਿਲੀ ਪਿੰਡ ਚੂਹੇਵਾਲ ਦੇ ਵਿੱਚ ਕਿਉਂਕਿ ਇਹ ਬੱਚੇ ਹੁਣ ਤੋਂ ਗੁਰਬਾਣੀ ਨਾਲ ਜੁੜੇ ਨੇ ਅੱਗੇ ਨਾਲ ਵੇਖ ਕੇ ਹੋਰ ਵੀ ਬੱਚੇ ਪ੍ਰਭਾਵਿਤ ਹੋਣਗੇ ਪਰ ਸਾਡੇ ਪੇਰੈਂਟਸ ਕੀ ਕਰਦੇ ਆ ਛੋਟੇ ਛੋਟੇ ਬੱਚਿਆਂ ਦੇ ਜੂੜੇ ਕਟਾ ਦਿੰਦੇ ਉਹ ਕਤਲ ਕੇਸ ਕਰਾਉਂਦੇ ਆ ਉਹ ਵੀ ਪਾਪ ਦੇ ਭਾਗੀ ਬਣਦੇ ਆ ਕਿਉਂਕਿ ਬੱਚਿਆਂ ਦੇ ਕੇਸ ਕਤਲ ਕਰਨੇ ਬਹੁਤ ਵੱਡਾ ਪਾਪ ਆ ਜਿਹੜੀਆਂ ਮਾਵਾਂ ਭੈਣਾਂ ਧੀਆਂ ਦੋ ਦੋ ਘੰਟੇ ਟੀਵੀ ਵੇਖਦੀਆਂ ਚਾਰ ਚਾਰ ਘੰਟੇ ਮੋਬਾਈਲ ਚਲਾਉਂਦੀਆਂ ਕੀ ਗੱਲ ਉਹ ਬੱਚਿਆਂ ਦੇ ਕੇਸ ਨਹੀਂ ਰੱਖ ਸਕਦੀਆਂ ਜੂੜਾ ਨਹੀਂ ਕਰ ਸਕਦੀਆਂ ਕੇਸ ਕੀ ਨਹੀਂ ਸਜਾ ਸਕਦੀਆਂ ਜੇ ਆਪਣੇ ਬੱਚਿਆਂ ਨੂੰ ਸਿੱਖੀ ਤੋਂ ਦੂਰ ਕਰਾਂਗੇ ਤੇ ਬਹੁਤ ਵੱਡਾ ਪਾਪ ਲੱਗੇਗਾ ਇਸ ਕਰਕੇ ਇਹਨਾਂ ਬੱਚਿਆਂ ਤੋਂ ਪ੍ਰੇਰਣਾ ਲੈਣੀ ਆ ਇਹ ਬੱਚੇ ਜਿਹੜੇ ਗੁਰਸਿੱਖੀ ਨਾਲ ਜੁੜੇ ਆ ਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਬੱਚਿਆਂ ਨੂੰ ਜੋੜਨਗੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਹੋਣੀ ਚਾਹੀਦੀ ਆ ਤੇ ਬੱਚੀ ਦਾ ਉਤਸ਼ਾਹ ਵਧੇ ਤੇ ਬੱਚੀ ਨੇ ਇਹਦੇ ਵਿੱਚੋਂ ਇਨਾਮ ਪ੍ਰਾਪਤ ਕੀਤਾ ਹੈ ਬੱਚੀ ਧੰਨਤਾ ਦੇ ਯੋਗ ਹੈ ਤੇ ਬੱਚੀ ਨੂੰ ਸਾਰੇ ਦੁਆਵਾਂ ਦੇਣੀਆਂ ਤੇ ਚੂਹੇਵਾਲ ਤੋਂ ਬੱਚੀ ਆ ਤੇ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਵੀਡੀਓ ਜੋ ਕਿ ਪਰਿਵਾਰ ਨੂੰ ਉਤਸ਼ਾਹਿਤ ਹੋ ਕੇ ਤੇ ਬੱਚੇ ਅੱਗੇ ਤੋਂ ਅੱਗੇ ਇਹ ਸਿੱਖੀ ਦਾ ਪ੍ਰਚਾਰ ਕਰਨ ਤੇ ਗੁਰਸਿੱਖੀ ਦੇ ਨਾਲ ਹੋਰਨਾਂ ਨੂੰ ਜੋੜਨ ਇਸ ਕਰਕੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੱਚੇ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਅੱਗੇ ਗੁਰਸਿੱਖੀ ਚ ਬੱਚਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਤੇ ਆਪ ਤੁਸੀਂ ਜੋ ਵੀ ਅੱਜ ਕਰਕੇ ਆਏ ਹੋ ਉਹਦੇ ਵਿੱਚ ਥੋੜਾ ਜਿਹਾ ਸੰਗਤ ਨੂੰ ਆਪਣੇ ਰੂਪ ਵਿੱਚ ਕਰ ਦਿਓ। ਮੈਂ ਗੁਰੂ ਨਾਨਕ ਦੇਵ ਅਕੈਡਮੀ ਸੀਨੀਅਰ ਸੈਕੰਡਰੀ ਬਟਾਲਾ ਦੀ ਵਿਦਿਆਰਥਣ ਹਾਂ। ਅੱਜ ਤੇ ਕੱਲ ਸੀ ਪ੍ਰੋਗਰਾਮ। ਅੱਜ ਮੈਂ ਰਣਜੀਤ ਅਖਾੜੇ ਵਿੱਚ ਗਈ ਸੀ ਉਸ ਵਿੱਚ ਕਵਿਸ਼ਰੀ ਵਿੱਚੋਂ ਮੇਰਾ ਥਰਡ ਪ੍ਰਾਈਜ ਆਇਆ ਹੈ ਦੁਮਾਲੇ ਵਿੱਚ ਸੈਕਿੰਡ ਤੇ ਗੁਰਬਾਣੀ ਕੰਠ ਵਿੱਚੋਂ ਮੇਰੀ ਕੌਂਸਲੇਸ਼ਨ ਪ੍ਰਾਈਜ਼ ਆਈ। ਹੋਰ ਬੱਚਿਆਂ ਨੂੰ ਕੀ ਪ੍ਰੇਰਨਾ ਦੇਣਾ ਚਾਹੁੰਦੇ ਜਿਹੜੇ ਬੱਚੇ ਦੁਮਾਲੇ ਨਹੀਂ ਸਜਾਉਂਦੇ ਜਾਂ ਕੇਸਕੀਆਂ ਨਹੀਂ ਸਜਾਉਂਦੇ ਗੁਰਸਿੱਖੀ ਨਾਲ ਨਹੀਂ ਜੁੜੇ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਵੀ ਦੁਮਾਲਾ ਸਜਾਓ ਤੇ ਪ੍ਰਾਈਜ਼ ਲੈ ਕੇ ਆ ਗੁਰਬਾਣੀ ਨਾਲ ਜੁੜੋ ਗੁਰਸਿੱਖੀ ਨਾਲ ਸਿੱਖੀ ਸਰੂਪ ਧਾਰੋ ਸਿੱਖੀ ਸਰੂਪ ਧਾਰੋ। ਇਹ ਬੱਚੀ ਦਾ ਸੁਨੇਹਾ ਅਸੀਂ ਵੀਰੋ ਘਰ ਘਰ ਪਹੁੰਚਾਉਣਾ ਹੋਰ ਬੱਚਿਆਂ ਨੂੰ ਪ੍ਰੇਰਿਤ ਕਰਦਾ ਤੇ ਇਸੇ ਤਰ੍ਹਾਂ ਇਹਨਾਂ ਨੂੰ ਅਸੀਂ ਉਸਤਾਦ ਕਰੀਏ ਜੋ ਕਿ ਗੁਰਸਿੱਖੀ ਨਾਲ ਜੁੜੇ ਰਹਿਣ ਤੇ ਅੱਗੇ ਤੋਂ ਅੱਗੇ ਗੁਰ ਹੋਰ ਵੀ ਬੱਚਿਆਂ ਨੂੰ ਪ੍ਰੇਰਿਤ ਕਰਨ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਤੇ ਵੀਡੀਓ ਸ਼ੇਅਰ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣਾਂ ਵਾਲ ਵੇਖੋ ਧੀਆਂ ਵਾਲ ਵੇਖੋ ਕਿੱਦਾਂ ਦਮਾਲੇ ਸਜਾਏ ਨੇ। ਇਹ ਤਾਂ ਇਹ ਹਜ਼ੂਰ ਸਾਹਿਬ ਸੱਚਖੜੀ ਤਖਤ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਦੇ ਵਿੱਚ ਮੈਂ 25 ਸਾਲ ਰਿਹਾ। ਉੱਥੇ ਮਹਾਰਾਜ ਜੀ ਇੰਨੀ ਕਿਰਪਾ ਹੈ ਕਿ ਉਹਨਾਂ ਦੇ ਬੱਚੇ ਜੇ ਕੇਸ ਕਟਾਉਣ ਜਾਨੋਂ ਮਾਰ ਦਿੰਦੇ ਆ।
दस्तार बनो दमाले से जाओ गुरु वाले बनो केस ना कटाओ केस गुरु की निशानी है कलगी धर पाशे तो बेमुख ना हो महाराज का भाणा मनो गुरु वाले बनो। वाहेगुरु जी का खालसा वाहेगुरु जी की फतेह।